ਆਨੀ ਕੁੜੀਏ ਜਿਉਂ ਜੋਗੀ ਦਰਦ ਦਿਲਾਂ ਨੂੰ ਛੋਇਆ ਮੇਰੀ ਪਹਿਲੀ ਨੇ ਕਵਾਈ ਵਾਲਾ ਸਾਈਕਲ ਚੋਰੀ ਹੋਇਆ ਪਹਿਲੀ ਨੇ ਕਮਾਈ ਵਾਲਾ ਮੇਰਾ ਸਾਈਕਲ ਚੋਰੀ ਹੋਇਆ ਕਿਸੇ ਗਵਾਚੀ ਚੀਜ਼ ਲਈ ਮੈਂ ਪਹਿਲੀ ਵਾਰੀ ਰੋਇਆ ਇੱਕ ਫਕੀਰ ਖੁਦਾ ਦਾ ਬੰਦਾ ਮੇਰੇ ਅੱਗੇ ਆਣ ਖਲੋਇਆ ਕਹਿਣ ਲੱਗਾ ਤੂੰ ਕਿਆ ਲਾ ਇੱਥੇ ਕਿਆ ਤਾ ਜੋ ਅਬ ਖੋਇਆ ਮੈਂ ਕਿਹਾ ਬਾਬਾ ਜੀ ਮੇਰਾ ਸਾਈਕਲ ਚੋਰੀ ਹੋਇਆ ਅਰੇ ਮੂਰਖ ਉਹ ਸਾਈਕਲ ਲੈ ਕਰ ਗਾੜੀ ਦੇਗਾ ਤੂੰ ਕਿਆ ਜਾਣੇ ਮੋਇਆ ਮੋਇਆ ਬਾਬਾ ਜੀ ਮੋਇਆ ਮੋਇਆ ਜੋ ਮਿਟ ਗਿਆ ਜੋ ਖੋ ਗਿਆ ਜੋ ਮਰ ਗਿਆ ਅਭਿਮਾਨ ਮਰ ਜਾਏਗਾ ਇਨਸਾਨ ਮਰ ਜਾਏਗਾ ਯਮਾਨ ਵੀ ਮਰ ਜਾਏਗਾ ਮਰ ਜਾਣਾ ਗੁਰਦਾਸ ਮਾਨ ਮੈਂ ਉਸੇ ਦਿਨ ਤੋਂ ਹੋਇਆ ਕਹਿੰਦਾ ਸਾਧ ਨਾਲ ਕੀ ਤੈਨੂੰ ਚੋਰ ਨਾਲ ਕੀ ਕੇ ਆਪਣੀ ਨਬੇੜ ਤੈਨੂੰ ਹੋਰ ਨਾਲ ਕੀ ਸਾਧ ਵੀ ਉਸਦਾ ਚੋਰ ਵੀ ਉਸਦਾ ਮਿਰਗ ਵੀ ਉਸਦਾ ਮੋਰ ਵੀ ਉਸਦਾ ਜਾਨ ਵੀ ਉਸਦੀ ਜੋਰ ਵੀ ਉਸਦਾ ਚੁੱਪ ਵੀ ਉਸਦੀ ਸ਼ੋਰ ਵੀ ਉਸਦਾ ਬਾਕੀ ਰਹਿ ਗਿਆ ਕੀ ਤੇ ਬਾਕੀ ਰਹਿ ਗਿਆ ਕੀ ਕਿਸੇ ਦੇ ਚਰਨੀ ਲੱਗ ਕੇ ਜੀ 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 ਉਹ ਰੁੱਖੀ ਸੁੱਖੀ ਖਾ ਭਲਾ ਠੰਡਾ ਪਾਣੀ ਪੀ ਕਿਸੇ ਦੇ ਚਰਨੀ ਲੱਗ ਕੇ ਜੀ 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 ਕਿਸੇ ਦੇ ਚਰਨੀ ਲੱਗ ਇਹ ਮੇਰਾ ਸਾਈਕਲ ਸੀ ਮਾਨ ਸਾਹਿਬ ਆਹ ਦੇਖੋ ਛੋਟਾ ਜਿਹਾ ਬੱਚਾ ਡਾਂਸ ਕਰ ਰਿਹਾ ਇਹਦੇ ਲਈ ਵੀ ਤਾਲੀਆਂ ਮਾਰੋ ਦੇਖੋ ਮਾਨ ਸਾਹਿਬ ਵਕਤ ਕਿੰਨਾ ਬਦਲ ਗਿਆ ਅੱਜ 20-20 ਗ੍ਰਾਮ ਦੇ ਬੱਚੇ ਵੀ ਡਾਂਸ ਕਰਨ ਲੱਗ ਗਏ ਔਰ ਇਸ ਬੱਚੇ ਨੂੰ ਦੇਖ ਕੇ ਮੈਂ ਸੋਚ ਰਿਹਾ ਸੀ ਤੁਸੀਂ ਦੇਖਿਆ ਜੀ ਅੱਜ ਤੋਂ 2-4 ਸਾਲ ਬਾਅਦ ਹੁਣ ਜਿਹੜੇ ਬੱਚੇ ਅੱਗੋਂ ਆਉਣਗੇ ਉਹ ਨੱਚਦੇ ਹੋਏ ਆਉਣਗੇ ਵੀ ਅਸੀਂ ਆ ਗਏ ਮਿਊਜ਼ੀਕਲ ਬੱਚੇ ਖੈਰ ਮਾਨ ਸਾਹਿਬ ਫਰਮਾਇਸ਼ਾਂ ਵੀ ਬਹੁਤ ਆ ਰਹੀਆਂ ਨੇ ਅੱਜ ਜਿਸ ਵੇਲੇ ਇੱਥੇ ਪਹੁੰਚੇ ਤਾਂ ਇੱਕ ਦੋਸਤ ਨੇ ਫਰਮਾਇਸ਼ ਕੀਤੀ ਸੀ ਬਈ ਮਾਨ ਸਾਹਿਬ ਨੂੰ ਸਾਡਾ ਮੈਸੇਜ ਦੇ ਦਿਓ ਉਹਨਾਂ ਦਾ ਜਿਹੜਾ ਉਹ ਗੀਤ ਹੈ ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂਗਾ ਮੈਂ ਸੋ ਉਹਨਾਂ ਦੀ ਫਰਮਾਇਸ਼ ਵੀ ਪੂਰੀ ਕਰਨੀ ਹੈ ਪਰ ਉਹ ਸੱਜਣ ਨੇ ਜਿਹੜੀ ਮੇਰੇ ਨਾਲ ਕੀਤੀ ਉਹ ਬੜੀ ਮਾੜੀ ਕੀਤੀ ਮਾਨ ਸਾਹਿਬ ਮੈਨੂੰ ਕਹਿੰਦਾ ਭਾਅ ਜੀ ਤੁਹਾਡੇ ਨਾਲ ਇੱਕ ਗੱਲ ਕਰਾਂ ਮੈਂ ਕਿਹਾ ਕਰੋ ਕਹਿੰਦੇ ਯਾਰ ਤੂੰ ਗੁੱਸਾ ਤਾਂ ਨਹੀਂ ਕਰੇਗਾ ਮੈਂ ਕਿਹਾ ਤੁਸੀਂ ਗੱਲ ਤਾਂ ਕਰੋ ਕਹਿੰਦੇ ਯਾਰ ਗੱਲ ਇਹ ਵੇ ਕਿ ਤੇਰੀ ਜਿਹੜੀ ਸ਼ਕਲ ਹੈ ਨਾ ਮੈਂ ਕਿਹਾ ਕੀ ਹੋਇਆ ਇਹਨੂੰ ਕਹਿੰਦੇ ਹੋਇਆ ਕੁਛ ਨਹੀਂ ਤੇਰੀ ਜਿਹੜੀ ਸ਼ਕਲ ਹੈ ਬਿਲਕੁਲ ਮੇਰੀ ਵਹੁਟੀ ਨਾਲ ਮਿਲਦੀ ਹੈ ਉਹ ਮੈਂ ਕਿਹਾ ਕਮਲਿਆ ਇਹ ਕਿਹੜੇ ਚੱਕਰ 'ਚ ਪਾ ਤਾ ਹੀ ਸਾਰਾ ਸਮਾਨ ਹੀ ਬਦਲ ਕੇ ਰੱਖਤਾ ਹੀ ਵੀ ਮੇਰੀ ਸ਼ਕਲ ਤੇਰੀ ਵਹੁਟੀ ਨਾਲ ਕਿਸ ਤਰ੍ਹਾਂ ਮਿਲ ਸਕਦੀ ਹੈ ਮਾੜਾ ਮੋਟਾ ਫਰਕ ਤਾਂ ਹੋਣਾ ਕਹਿੰਦਾ ਉਹ ਥੋੜ੍ਹਾ ਜਿਹਾ ਫਰਕ ਹੈਗਾ ਮੈਂ ਕਿਹਾ ਕਾਹਦਾ ਕਹਿੰਦਾ ਮੁੱਛਾਂ ਦਾ ਉਹ ਮੈਂ ਕਿਹਾ ਮੇਰੀਆਂ ਤਾਂ ਮੁੱਛਾਂ ਹੀ ਹੈ ਨਹੀਂ ਕਹਿੰਦਾ ਉਹਦੀਆਂ ਹੈਗੀਆਂ ਨੇ ਅੱਛਾ ਇਹੋ ਜਿਹੇ ਚੁਟਕਲੇ ਸੁਣਾਈ ਕਿਉਂਕਿ ਧਰਮ ਜੀ ਨੂੰ ਇਸ ਤੋਂ ਐਡਵਾਂਸ ਦੀਆਂ ਚੀਜ਼ਾਂ ਵੀ ਪਤਾ ਨੇ ਇਹ ਉਹਨਾਂ ਦਾ ਤਜਰਬਾ ਹੈ ਜੀ ਅਰਮਾਨ ਸਾਹਿਬ ਤੁਹਾਡਾ ਸਾਈਕਲ ਚੋਰੀ ਹੋ ਗਿਆ ਨਾ ਹੈ ਇਹਦਾ ਵੀ ਸਾਈਕਲ ਚੋਰੀ ਹੋ ਗਿਆ ਸੀ ਇਹ ਥਾਣੇ ਰਿਪੋਰਟ ਲਿਖਾਉਣ ਵਾਸਤੇ ਗਿਆ ਥਾਣੇਦਾਰ ਨੇ ਪੁੱਛਿਆ ਵੀ ਤੇਰਾ ਸਾਈਕਲ ਕਿਹੜੀ ਕੰਪਨੀ ਦਾ ਸੀ ਕਹਿੰਦਾ ਜੀ ਐਟਲਸ ਦਾ ਉਹਨਾਂ ਨੇ ਨੋਟ ਕੀਤਾ ਬਈ ਐਟਲਸ ਦਾ ਕਹਿੰਦੇ ਵੀ ਤੂੰ ਇਸ ਤਰ੍ਹਾਂ ਕਰ ਆਪਣੇ ਸਾਈਕਲ ਦੀ ਸਾਨੂੰ ਕੋਈ ਖਾਸ ਨਿਸ਼ਾਨੀ ਦੇ ਅਸੀਂ ਤੇਰਾ ਸਾਈਕਲ ਲੱਭ ਲਈਏ ਇਹ ਕਹਿੰਦੇ ਨਹੀਂ ਮੇਰੇ ਸਾਈਕਲ ਦੀ ਗੱਦੀ ਫਟੀ ਹੈ ਕਹਿੰਦੇ ਯਾਰ ਇਹ ਗੱਦੀ ਨਿਸ਼ਾਨੀ ਹੋਈ ਗੱਦੀ ਫਟੀ ਹੈ ਹੈਂ ਇੰਨੇ ਸਾਈਕਲ ਚੱਲਦੇ ਨੇ ਅੱਧਿਆਂ ਦੀਆਂ ਗੱਦੀਆਂ ਫਟੀਆਂ ਹੋਣੀਆਂ ਨੇ ਖਾਸ ਨਿਸ਼ਾਨੀ ਦੇ ਇਹ ਕਹਿੰਦੇ ਨਹੀਂ ਮੇਰੇ ਸਾਈਕਲ ਦਾ ਚੈਨ ਕਵਰ ਟੁੱਟਾ ਉਹ ਕਹਿੰਦੇ ਯਾਰ ਨਿਸ਼ਾਨੀ ਦੇਣੀ ਹੈ ਨਾ ਅਤੇ ਖਾਸ ਦੇ ਸਾਈਕਲ ਨਹੀਂ ਲੱਭਣਾ ਨਹੀਂ ਤੇ ਉਸ ਤਰ੍ਹਾਂ ਕਹਿੰਦਾ ਅੱਛਾ ਫਿਰ ਮੇਰੇ ਸਾਈਕਲ ਦੀ ਖਾਸ ਨਿਸ਼ਾਨੀ ਮੇਰੇ ਸਾਈਕਲ ਨੂੰ ਤੁਸੀਂ ਲੇਡੀ ਸਾਈਕਲ ਦੇ ਕੋਲ ਖੜਾ ਕਰਦੇ ਉਹਦੀ ਘੰਟੀ ਆਪਣੇ ਆਪ ਵੱਜਦੀ ਹੈ ਇਹ ਕਿਹੜਾ ਸਾਈਕਲ ਸੀ ਵੀ ਤੇਰੇ ਪਿਓ ਵਾਲਾ ਪਤਾ ਨਹੀਂ ਕੈਸਾ ਐਸਾ ਸੈਕਸੀ ਸਾਈਕਲ ਇਹ ਮਾਨ ਸਾਹਿਬ ਦਾ ਧਰਮ ਭਾਅ ਜੀ ਪੁਰਾਣਾ ਸਾਥੀ ਜੇ ਪੁਰਾਣਾ ਸਾਥੀ ਅੱਜ ਇੰਨਾ ਪੁਰਾਣਾ ਹੋ ਗਿਆ ਇਹਨੂੰ ਕੋਈ ਕਵਾੜੀਆ ਵੀ ਨਹੀਂ ਚੁੱਕਦਾ ਇਹ ਭੋਲਾ ਬਠਿੰਡੇ ਵਾਲਾ ਕਿਆ ਬਾਤ ਮਾਨ ਸਾਹਿਬ ਮੂੰਹ ਤੇ ਵੇਖੋ ਜ਼ਰਾ ਹਾਏ 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 ਕੈਸਾ ਮੂੰਹ ਹੈ ਸਵੇਰੇ ਮਾਈ ਕਹਿੰਦੀ ਸੀ ਫਿੜੇ ਮੂੰਹ ਹੈ ਮਾਨ ਸਾਹਿਬ ਅੱਜ ਕੱਲ੍ਹ ਇਹਦੇ ਨਾਲ ਬੜੀ ਮਾੜੀ ਹੋ ਰਹੀ ਜੇ ਇਹਨੇ ਇੱਕ ਮਾਈ ਨੂੰ ਸੜਕ ਪਾਰ ਕਰਾਈ ਮਾਈ ਇਹਨੂੰ ਦੁਆਵਾਂ ਦਿੰਦੀ ਪਰ ਉਹ ਇਹਨੂੰ ਗਾਲਾਂ ਕੱਢਣ ਲੱਗ ਪਈ
ਉਹ ਕਹਿੰਦੀ ਦਫਾ ਹੋ ਜਾਣਾ, ਤੇਰਾ ਬੇੜਾ ਗਰਕ ਹੋ ਜਾਇਆ। ਮਸਾਂ ਮਸਾਂ ਮੈਂ ਉੱਧਰ ਨੂੰ ਗਈ ਸਾਂ, ਉਹਨੂੰ ਫੇਰ ਇੱਧਰ ਲੈ ਆਇਆ। ਉਹਨੇ ਜੁੱਤੀਆਂ ਮਾਰੀਆਂ ਇਹਨੂੰ। ਇਹਦੇ ਨਾਲ ਬੜੀ ਮਾੜੀ ਹੋ ਰਹੀ ਅੱਜ ਕੱਲ੍ਹ। ਇਹ ਟ੍ਰੇਨ 'ਚ ਸਫ਼ਰ ਕਰ ਰਿਹਾ ਸੀ ਨਾ ਸਾਡੇ ਨਾਲ ਉਦਨ, ਅਤੇ ਬਾਥਰੂਮ 'ਚ ਕੁਝ ਲਿਖਦਾ ਹੀ ਫੜਿਆ ਗਿਆ। ਇਹ ਉੱਥੇ ਲਿਖਣ ਡਿਆ ਸੀ, ਜ਼ੋਰ ਲਗਾਈਏ ਆਪਣੇ ਲਈ, ਵਤਨ ਕੇ ਲਈ। ਬਈ ਇਹ ਕਿੱਥੇ ਜ਼ੋਰ ਲਵਾਉਣ ਡਿਆ ਤੂੰ? ਫਿਰ ਰਾਤ ਨੂੰ ਇਹਨੇ 2:30 ਵਜੇ ਟੀਟੀ ਕੋਲੋਂ ਕੁੱਟ ਖਾਧੀ। ਮੈਂ ਉੱਠਿਆ, ਟੀਟੀ ਇਹਨੂੰ ਕੁੱਟਣ ਡਿਆ। ਮੈਂ ਕਿਹਾ ਟੀਟੀ ਸਾਹਿਬ ਇਹਨੂੰ ਕਿਉਂ ਕੁੱਟ ਰਹੇ ਹੋ? ਕਹਿੰਦੇ ਯਾਰ ਘੰਟਾ ਹੋ ਗਿਆ, ਬੰਦਾ ਮੈਨੂੰ ਹੀ ਪੁੱਛੀ ਜਾਂਦਾ ਤੁਸੀਂ ਕਿੱਥੇ ਉਤਰਨਾ, ਤੁਸੀਂ ਕਿੱਥੇ ਉਤਰਨਾ, ਤੁਸੀਂ ਕਿੱਥੇ ਉਤਰਨਾ। ਹਰ ਥਾਂ ਤੋਂ ਜੁੱਤੀਆਂ ਖਾਂਦਾ। ਇਹਨੇ ਟੈਂਟ ਹਾਊਸ ਖੋਲਿਆ ਨਾ, ਹੱਟੀ 'ਤੇ ਫੋਨ ਆਇਆ ਵੀ ਟੈਂਟ ਭੇਜ ਦਿਓ। ਟੈਂਟ 'ਤੇ ਭੇਜ ਦਿੱਤਾ। ਇਹ ਬਾਅਦ 'ਚ ਸੋਚਣ ਲੱਗਾ, ਨਾ ਕੋਈ ਪੈਸਾ, ਨਾ ਕੋਈ ਧੇਲਾ, ਨਾ ਐਡਵਾਂਸ, ਟੈਂਟ ਭੇਜਤਾ। ਇਹ ਜਾ ਕੇ ਉੱਥੇ ਟੈਂਟ ਹੀ ਖੋਲ੍ਹਣ ਲੱਗ ਪਿਆ, ਕਹਿੰਦਾ ਖੋਲ੍ਹੋ ਸਾਡਾ ਟੈਂਟ, ਖੋਲ੍ਹੋ ਸਾਡਾ ਟੈਂਟ। ਉਹ ਬਰਾਤ ਵਾਲਿਆਂ ਨੇ ਕੁੱਟਿਆ। ਫਿਰ ਇਹਨੂੰ ਯਾਦ ਆਇਆ ਕਿ ਇਹਨਾਂ ਦਾ ਟੈਂਟ ਅਗਲੇ ਪਾਸੇ ਲੱਗਾ ਹੈ। ਖੈਰ ਮਾਨ ਸਾਹਿਬ ਜੋ ਵੀ ਹੈ ਨਾ, ਬੰਦਾ ਬੜਾ ਵਧੀਆ ਜੀ। ਇਹ ਬੰਦਾ ਇੱਕ ਬੰਦਾ ਹੈ, ਦੇਵਤਾ ਹੈ, ਭਗਤ ਆਦਮੀ। ਸਵੇਰੇ ਉੱਠ ਕੇ ਨਹਾ ਧੋ ਕੇ ਨੰਗੀ ਪੈਰੀ ਗੁਰਦੁਆਰੇ ਜਾਂਦਾ। ਕਿਆ ਬਾਤ! ਜਦੋਂ ਆਉਂਦਾ ਜੁੱਤੀਆਂ ਉੱਥੋਂ ਪਾ ਆਉਂਦਾ। ਸ਼ਰਧਾ ਵੇਖ ਲਓ ਇਹਦੀ। ਅੱਜ ਕੱਲ੍ਹ ਇਹਨੇ ਇੱਕ ਨਵਾਂ ਹੀ ਕੰਮ ਫੜ ਲਿਆ। ਸਵੇਰੇ ਸਵੇਰੇ ਤੁਰਿਆ ਜਾਏ, ਮੈਂ ਕਿਹਾ ਭੁੱਲਿਆ ਕਿੱਥੇ ਚੱਲਿਆ? ਕਹਿੰਦਾ ਗੁਰਦੁਆਰੇ। ਮੈਂ ਇਹਨੂੰ ਰੁਪਈਏ ਦਿੱਤੇ 50, ਮੈਂ ਕਿਹਾ ਲੈ ਸਾਡੇ ਵੱਲੋਂ ਵੀ ਅਰਦਾਸ ਕਰਾ ਦੇਈਂ, ਸਾਡੇ ਵੀ ਪਾਪ ਕੱਟੇ ਜਾਣਗੇ। ਇਹ ਹੁਣ ਉੱਥੇ ਜਾ ਕੇ ਅਰਦਾਸ ਕਰਦਾ। ਕਹਿੰਦਾ ਹੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ, ਉਹਦੇ ਵੱਲੋਂ ਤੈਨੂੰ ਆ ਗਿਆ, ਤੇਰੇ ਵੱਲੋਂ ਮੈਨੂੰ ਆ ਗਿਆ। ਮਾੜਾ ਮੋਟਾ ਸਮਝਾਓ ਇਹਨੂੰ, ਕੁੜੀਆਂ ਨੂੰ ਛੇੜਦਾ ਜੇ। ਹਾਂ, ਪਰਸੋਂ ਇੱਕ ਕੁੜੀ ਮਿਲੀ ਮੈਨੂੰ। ਮੈਂ ਕਿਹਾ ਕੀ ਹੋਇਆ ਜੀ? ਕਹਿੰਦੀ ਇਹਨੇ ਮੈਨੂੰ ਛੇੜਿਆ। ਮੈਂ ਕਿਹਾ ਕਿਉਂ ਛੇੜਿਆ ਜੀ? ਕਹਿੰਦਾ ਭਰਾ ਮੈਂ ਨਹੀਂ ਛੇੜਿਆ, ਮੈਨੂੰ ਛਿੜੀ ਛੁੜਾਈ ਮਿਲੀ ਹੈ। ਕੁੜੀਆਂ ਮਰਦੀਆਂ ਬੜੀਆਂ ਜੇ ਉੱਤੇ, ਕਸਮ ਨਾਲ। ਇੱਕ ਕੁੜੀ ਇਹਨੂੰ ਵੇਖ ਕੇ ਹੌਕੇ ਭਰਨ ਡਈ ਸੀ। ਕਹਿੰਦੀ ਹਾਏ ਮੈਂ ਮਰ ਜਾ, ਅਜੇ ਤੱਕ ਜਿਉਂਦਾ। ਹਾਏ ਸਾਹ ਦਿਲ ਲੈ। ਅੱਛਾ, ਕੁੜੀਆਂ ਮਰਦੀਆਂ ਨਾ, ਮੁੰਡੇ ਇਹਨੂੰ ਮਜ਼ਾਕ ਕਰਦੇ ਨੇ। ਇੱਕ ਤੇ ਠੰਡਾ ਪੀਣ ਲੱਗੇ ਨਾ, ਠੰਡਾ ਮਤਲਬ ਕੋਕਾ ਕੋਲਾ। ਇੱਕ ਤੇ ਕੋਕ ਪੀਣ ਲੱਗੇ ਤੇ ਮੁੰਡੇ ਆਵਾਜ਼ਾਂ ਦਿੰਦੇ ਨੇ, ਵੇਖੀ ਓਏ ਕਿਤੇ ਵਿੱਚ ਨਾ ਡਿੱਗ ਪਈ। ਸ਼ੌਕ ਵੇਖ ਲਓ ਇਹਦੇ। ਆ ਬਠਿੰਡੇ ਹੋ ਆਏ ਨਾ ਅੱਜ, ਆਪਣੇ ਸਕੂਟਰ 'ਤੇ ਖੁਸਰੇ ਨੂੰ ਬਿਠਾ ਕੇ ਤੁਰਿਆ ਫਿਰੇ। ਮੈਂ ਕਿਹਾ ਕੈਸੀ ਇੰਜੋਇਮੈਂਟ ਬਈ ਤੇਰੀ, ਮੈਂ ਇਹਦਾ ਸਕੂਟਰ ਖਿਲਾ ਰਿਹਾ। ਮੈਂ ਕਿਹਾ ਭੁੱਲਿਆ ਗੱਲ ਸੁਣ, ਇਹ ਜਿਹਨੂੰ ਪਿੱਛੇ ਬਿਠਾਇਆ ਹੀ, ਇਹ ਤੇਰਾ ਕੀ ਲੱਗਦਾ? ਕਹਿੰਦਾ ਲੱਗਦਾ ਲੁਗਦਾ ਮੇਰਾ ਕੁਝ ਨਹੀਂ, ਜਦੋਂ ਮੈਂ ਬ੍ਰੇਕ ਲਾਉਂਦਾ ਮੇਰੇ ਨਾਲ ਲੱਗਦਾ। ਇਹ ਕੈਸਾ ਲੱਗਦਾ ਯਾਰ! ਅੱਛਾ, ਫਿਰ ਮੈਂ ਇਹਦੀ ਵਹੁਟੀ ਨੂੰ ਸਮਝਾਇਆ ਮਾਨ ਸਾਹਿਬ, ਮੈਂ ਉਹਨੂੰ ਸਮਝਾਇਆ। ਮੈਂ ਕਿਹਾ ਭਾਬੀ ਜੀ ਇਹਨੂੰ ਸਮਝਾ ਲਓ, ਇਹ ਕੁੜੀਆਂ ਦੇ ਪਿੱਛੇ ਫਿਰਦਾ, ਜਿਹਨੇ ਤੁਹਾਡੇ ਹੱਥੋਂ ਨਿਕਲ ਜਾਣਾ। ਉਹ ਕਹਿੰਦੀ ਭਾਜੀ ਭੱਜਣ ਦਿਓ, ਫਿਰਨ ਦਿਓ, ਕੁੱਤੇ ਗੱਡੀਆਂ ਮਗਰ ਦੌੜਦੇ ਹੀ ਹੁੰਦੇ ਨੇ, ਚਲਾ ਥੋੜ੍ਹੀ ਸਕਦੇ ਨੇ। ਬੜੀ ਇੱਜ਼ਤ ਕਰਦੀ ਹੈ ਜੀ ਵਹੁਟੀ, ਬਹੁਤ ਇੱਜ਼ਤ ਕਰਦੀ ਹੈ। ਕਿਆ ਵਾ ਮਾਨ ਸਾਹਿਬ, ਵਧਾਈ ਦਿਓ। ਸਿਆਲ ਕੱਢ ਗਿਆ ਜੀ ਹੁਣ, ਕਸਮ ਨਾਲ। ਕੈਸਾ ਮੂੰਹ ਹੈ ਯਾਰ! ਹਾਏ! ਖੈਰ ਮਾਨ ਸਾਹਿਬ ਜੋ ਵੀ ਹੈ,